ਵਾਹਿਗੁਰੂ 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 ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਗਿਆਨ ਧਿਆਨ ਕਿਛ ਕਰਮ ਨ ਜਾਣਾ ਸਾਰ ਨ ਜਾਣਾ ਤੇਰੀ ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਗਿਆਨ ਧਿਆਨ ਕਿਛ ਕਰਮ ਨ ਜਾਣਾ ਨਾਹਨ ਨਿਰਮਲ ਕਰਨੀ ਸਾਧ ਸੰਗਤ ਕੈ ਅੰਚਲ ਲਾਹੁ ਬਿਖਮ ਨਦੀ ਜਾਏ ਤਰਨੀ ਸੇ ਸੰਜੋਗ ਕਰੋ ਮੇਰੇ ਪਿਆਰੇ ਜਿਤ ਰਸਨਾ ਹਰ ਨਾਮ ਉਚਾਰੇ ਸੇ ਸੰਜੋਗ ਕਰੋ ਮੇਰੇ ਪਿਆਰੇ ਜਿਤ ਰਸਨਾ ਹਰ ਨਾਮ ਹੀ ਉਚਾਰੇ ਸਲੋਕ ਝਾਲ ਲੰਘੈ ਉਠ ਨਾਮ ਜਪ ਨਿਸਬਸਰ ਆਰਾਧ ਕਾਰਾ ਤੁਜੈ ਨ ਵਿਆਪਈ ਨਾਨਕ ਮਿਟੈ ਉਪਾਦ ਪੌੜੀ
ਝੱਜਾ ਝੂਰਨ ਮਿਟੈ ਤੁਮਾਰੋ, ਰਾਮ ਨਾਮ ਸਿਉ ਕਰ ਵਿਵਹਾਰੋ, ਝੂਰਤ ਝੂਰਤ ਸਾਕਤ ਮੂਆ, ਜਾਂ ਕਰਦੈ ਓਤ ਭਾਓ ਬੀਆ, ਚਰਹੇ ਕਸਮਲ ਪਾਪ ਤੇਰੇ ਮਨੁਆ, ਅੰਮ੍ਰਿਤ ਕਥਾ ਸੰਤ ਸੰਗ ਸੁਣੁਆ, ਚਰਹੇ ਕਾਮ ਕ੍ਰੋਧ ਦ੍ਰਿਸ਼ਟਾਈ, ਨਾਨਕ ਜਾ ਕੋ ਕਿਰਪਾ ਗੋਸਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਿਵਾਜ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਸੱਜੀ ਹੋਈ ਵਡਭਾਗੀ ਸਾਧ ਸੰਗਤ, ਸਤਿਗੁਰੂ ਜੀ ਨੇ ਰਹਿਮਤ ਕੀਤੀ ਹੈ, ਇਸ ਪਾਕ ਘੜੀ ਸਤਸੰਗ ਦੀ ਸਾਨੂੰ ਪ੍ਰਾਪਤ ਹੋਈ ਹੈ। ਗੌੜੀ ਰਾਗ ਦੇ ਵਿੱਚ 52 ਅੱਖਰੀ ਬਾਣੀ ਦੀ ਲੜੀਵਾਰ ਵਿਚਾਰ ਆਪਾਂ ਸਰਵਣ ਕਰ ਰਹੇ ਹਾਂ। 24 ਪੌੜੀਆਂ ਦੀ ਵਿਚਾਰ ਹੁਣ ਤੱਕ ਆਪਾਂ ਸੁਣ ਚੁੱਕੇ ਹਾਂ। ਅੱਜ 5ਵੀਂ ਪੌੜੀ ਦਾ ਸਲੋਕ ਸਮੇਤ ਆਪਾਂ ਪਾਠ ਸਰਵਣ ਕੀਤਾ ਹੈ। ਪਿੱਛੇ ਆਪਾਂ ਸਰਵਣ ਕਰ ਰਹੇ ਸੀ ਕਿ ਰੱਬ ਤੋਂ ਭੁੱਲ ਕੇ ਇਨਸਾਨ ਸੰਸਾਰ ਦੇ ਵਿੱਚ ਆਪਣਾ ਜ਼ੋਰ ਦਿਖਾਉਂਦਾ ਹੈ, ਬਲ ਦਿਖਾਉਂਦਾ ਹੈ, ਜ਼ੁਲਮ ਕਰਦਾ ਹੈ, ਗਰੀਬਾਂ ਨੂੰ ਦੁਖੀ ਕਰਦਾ ਹੈ, ਲੁੱਟਮਾਰ ਕਰਦਾ ਹੈ, ਬੜਾ ਹੰਕਾਰਿਆ ਹੋਇਆ ਹੈ, ਫਿਰ ਬੰਧਨਾਂ ਦੇ ਵਿੱਚ ਫਸਿਆ ਹੋਇਆ ਹੈ। ਜੇ ਕਿਤੇ ਅਜਿਹੀ ਵੀ ਹਾਲਤ ਹੋ ਜਾਵੇ ਜੀਵਨ ਦੇ ਵਿੱਚ ਕਿਸੇ ਇਨਸਾਨ ਦੀ ਜਿਹੜਾ ਵਿਸਰਿਆ ਹੋਇਆ ਹੈ ਰੱਬ ਨੂੰ, ਅਜਿਹਾ ਕੁਛ ਕਰੇ, ਜੇ ਕਿਤੇ ਉਹ ਕਿਤੇ ਰੱਬ ਦੇ ਪਿਆਰੇ ਨਾਲ ਉਸਦਾ ਮਿਲਾਪ ਹੋ ਜਾਵੇ ਅਤੇ ਉਹ ਉਸਨੂੰ ਗੁਰੂ ਦੇ ਨਾਲ ਜੋੜ ਦੇਵੇ, ਗੁਰੂ ਉਸ ਦੇ ਉੱਤੇ ਰਹਿਮਤ ਕਰਕੇ ਜਿਵੇਂ ਸੱਜਣ ਠੱਗ ਦਾ ਜੀਵਨ ਬਦਲ ਦਿੱਤਾ, ਕੌਗੇ ਰਾਕਸ਼ਸ਼ ਦਾ ਜੀਵਨ ਬਦਲ ਦਿੱਤਾ, ਭੂਮੀਏ ਚੋਰ ਦਾ ਜੀਵਨ ਬਦਲ ਦਿੱਤਾ, ਇਸੇ ਤਰ੍ਹਾਂ ਹੀ ਉਸਨੂੰ ਨਾਮ ਦੇ ਨਾਲ ਜੋੜ ਕੇ, ਨਾਮ ਦ੍ਰਿੜ ਕਰਾ ਕੇ ਉਸਨੂੰ ਇੱਕ ਨੇਕ ਇਨਸਾਨ ਸੰਤ ਬਣਾ ਦਿੰਦਾ ਹੈ। ਜੇ ਇਨਸਾਨ ਇਹ ਸਮਝੇ ਕਿ ਮੈਂ ਤਾਂ ਬੜਾ ਹੀ ਬਲੀ ਹਾਂ, ਮੈਂ ਤਾਂ ਬੜਾ ਹੀ ਸਿਆਣਾ ਹਾਂ, ਮੇਰੇ ਵਰਗਾ ਤਾਂ ਸਿਆਣਾ ਹੀ ਕੋਈ ਨਹੀਂ ਹੈ, ਬੜਾ ਗਿਆਨ ਹੈ ਮੈਨੂੰ, ਉਹ ਇਨਸਾਨ ਜਿਹੜਾ ਹੈ ਉਹ ਵਪਾਰੀਆਂ ਵਾਲੀ ਹਾਲਤ ਹੈ, ਆਪਣੇ ਗੁਣਾਂ ਨੂੰ ਵੇਚ ਕੇ ਰੋਟੀ ਖਾਂਦਾ ਹੈ। ਜਿਸ ਨੂੰ ਗੁਰੂ ਨੇ ਸੰਗਤ ਦੇ ਨਾਲ ਜੋੜ ਦਿੱਤਾ, ਗਿਆਨ ਬਖਸ਼ਿਆ ਕਿ ਪਿਆਰੇ ਅਵਰ ਕਾਜ ਤਿਰ ਕਿਤੇ ਨਾਕਾਮ, ਮਿਲਸਾਰ ਸੰਗਤ ਭੱਜ ਕੇ ਵੱਲਾਂ, ਜੋ ਕੁਛ ਤੂੰ ਕਰ ਰਿਹਾ ਹਾਂ ਇਹ ਨਹੀਂ ਤੇਰੇ ਕੰਮ ਆਉਣਾ, ਬੇਸ਼ੱਕ ਜਿੰਨਾ ਮਰਜ਼ੀ ਕਰੀ ਜਾ, ਇਹ ਤੇਰਾ ਤਾਂ ਸਫਲਾ ਹੋਵੇਗਾ ਜੇ ਤੂੰ ਕੁਛ ਸਮਾਂ ਸੰਗਤ 'ਚ ਬੈਠ ਕੇ ਪਰਮੇਸ਼ੁਰ ਵੱਲ ਧਿਆਨ ਜੋੜੇਗਾ। ਤਾਂ ਨਾਮ ਜਪਣ ਦਾ ਮਤਲਬ ਇਹ ਹੈ ਕਿ ਸਾਡਾ ਧਿਆਨ ਵਾਹਿਗੁਰੂ ਵੱਲ ਜਾਵੇ ਜਿਹਨੇ ਸਾਨੂੰ ਇਹ ਸਰੀਰ ਦਿੱਤਾ ਹੈ।
ਸੋ ਜਿਹੜਾ ਗੁਰੂ ਦੀ ਕਿਰਪਾ ਦੇ ਨਾਲ ਸਤਸੰਗ ਦੇ ਨਾਲ ਜੁੜ ਗਿਆ, ਸਤਸੰਗ ਦਾ ਇਹੀ ਸਤਸੰਗ ਦੀ ਵਡਿਆਈ ਹੈ ਕਿ ਜਿਵੇਂ ਅੱਤ ਦੀ ਗਰਮੀ ਦਾ ਸਤਾਇਆ ਹੋਇਆ ਕੋਈ ਇਨਸਾਨ, ਉਸਨੂੰ ਅਚਨਚੇਤ ਹੀ ਪਾਣੀ ਦਾ ਸੋਮਾ ਮਿਲ ਜਾਵੇ ਅਤੇ ਉਹ ਉਸ ਵਿੱਚ ਨਹਾ ਕੇ ਆਪਣੀ ਗਰਮੀ ਵੀ ਦੂਰ ਕਰ ਲੈਂਦਾ ਹੈ, ਆਪਣੀ ਤਨ ਦੀ ਮੈਲ ਵੀ ਦੂਰ ਕਰ ਲੈਂਦਾ ਹੈ, ਉਸ 'ਤੇ ਮਨ ਨੂੰ ਚੈਨ ਆ ਜਾਂਦਾ ਹੈ। ਬਿਲਕੁਲ ਇਸੇ ਤਰ੍ਹਾਂ ਹੀ ਕਿੰਨਾ ਵੀ ਦੁਖੀ ਇਨਸਾਨ ਹੋਵੇ, ਕਿੰਨਾ ਵੀ ਹੰਕਾਰਿਆ ਹੋਇਆ ਇਨਸਾਨ ਹੋਵੇ, ਜੇ ਗੁਰੂ ਦੀ ਕਿਰਪਾ ਨਾਲ ਸਤਸੰਗੀ ਬਣ ਜਾਵੇ, ਕੁਛ ਵੀ ਨਾ ਆਉਂਦਾ ਹੋਵੇ, ਅਗਿਆਨੀ ਹੋਵੇ, ਅੱਖਰ ਵੀ ਨਾ ਇੱਕ ਸਿੱਖਿਆ ਹੋਵੇ, ਸੰਗਤ 'ਚ ਬੈਠ ਕੇ ਗੁਰੂ ਦੀਆਂ ਗੱਲਾਂ ਨੂੰ ਸੁਣੇ ਅਤੇ ਉਹਨਾਂ 'ਤੇ ਅਮਲ ਕਰੇ, ਉਹਨਾਂ ਨੂੰ ਕਮਾਉਣ ਲੱਗ ਪਵੇ, ਤਾਂ ਉਹ ਇਨਸਾਨ ਗਿਆਨੀਆਂ ਤੋਂ ਵੀ ਵੱਡਾ ਗਿਆਨੀ ਬਣ ਜਾਂਦਾ ਹੈ। ਉਹ ਇਨਸਾਨ ਜਿਹੜਾ ਹੈ ਰੱਬ ਦਾ ਹੀ ਰੂਪ ਹੋ ਜਾਂਦਾ ਹੈ। ਮਾਰੇ ਕਹਿੰਦੇ ਕਿ ਵਾਹਿਗੁਰੂ ਉਸ ਤੋਂ ਦੂਰ ਨਹੀਂ ਰਹਿੰਦਾ, ਜਿਵੇਂ ਕਬੀਰ ਜੀ ਨੇ ਕਿਹਾ ਹੈ, ਕਬੀਰ ਮਨ ਨਿਰਮਲ ਪਿਆ ਜੈਸਾ ਗੰਗਾ ਨੀਰ, ਪਾਛੇ ਲਾਗੋ ਹਰ ਫਿਰੇ ਕਹਿਤ ਕਬੀਰ ਕਬੀਰ। ਸੰਗਤ ਵਿੱਚ ਆ ਕੇ ਮਨ ਨਿਰਮਲ ਹੁੰਦਾ ਹੈ, ਜਿਵੇਂ ਜਲ ਵਿੱਚ ਨਹਾ ਕੇ ਕਿਸੇ ਨਦੀ ਜਾਂ ਸਰੋਵਰ 'ਚ ਨਹਾ ਕੇ ਸਰੀਰ ਨਿਰਮਲ ਹੁੰਦਾ ਹੈ, ਇਸੇ ਤਰ੍ਹਾਂ ਹੀ ਸਤਸੰਗ ਗੁਰੂ ਦਾ ਸਰੋਵਰ ਹੈ। ਇਸ ਨੂੰ ਰਾਮ ਦੇ ਦਾਸਾਂ ਦਾ ਸਰੋਵਰ ਕਿਹਾ ਹੈ। ਰੱਬ ਦੇ ਪਿਆਰ ਵਾਲੇ ਜਿਹੜੇ ਹਨ ਉਹ ਸੰਗਤ ਵਿੱਚ ਜੁੜਦੇ ਹਨ। ਸਤਸੰਗਤ ਕੈਸੀ ਜਾਣੀ ਹੈ ਜਿੱਥੇ ਏਕੋ ਨਾਮ ਵਿਖਾਣੀ, ਜਿੱਥੇ ਕੇਵਲ ਰੱਬ ਦੀਆਂ ਰੱਬ ਦੇ ਨਾਮ ਦੀਆਂ ਗੱਲਾਂ ਹੁੰਦੀਆਂ, ਉਹਨੂੰ ਸੰਗਤ ਕਿਹਾ ਹੈ। ਸੋ ਸੰਗਤ ਦੇ ਵਿੱਚ ਜੁੜ ਕੇ ਉਹ ਇਨਸਾਨ ਜਿਹੜਾ ਹੈ ਉਹ ਵਾਹਿਗੁਰੂ ਦੇ ਨਾਲ ਅਭੇਦ ਹੋ ਜਾਂਦਾ ਹੈ। ਅਜਿਹੇ ਇਨਸਾਨ ਤੋਂ ਮਾਰੇ ਕਹਿੰਦੇ ਕਿ ਅਸੀਂ ਬਲਿਹਾਰ ਜਾਂਦੇ ਹਾਂ, ਵਾਰੇ ਵਾਰ ਜਾਂਦੇ ਹਾਂ, ਜਿਹਨੂੰ ਇਸ ਮਨੁੱਖਾ ਜਨਮ ਦੇ ਵਿੱਚ ਵਾਹਿਗੁਰੂ ਮਿਲ ਗਿਆ, ਜਿਸ ਤੋਂ ਵਿਛੜਿਆ ਹੋਇਆ ਸੀ, ਉਸ ਦਾ ਜਨਮ ਵੀ ਸਫਲਾ ਹੋ ਗਿਆ। ਅੱਜ ਰਹਿਮਤ ਕਰ ਰਹੇ ਹਨ ਸਾਡੇ 'ਤੇ ਸਤਿਗੁਰੂ ਜੀ, ਸਲੋਕ ਚਾਲਾਂਗੈ ਉਠ ਨਾਮ ਜਪ ਨਿਸ ਬਾਸਰ ਆਰਾਧ, ਕਾਰਾ ਤੁਜੈ ਨਾ ਵਿਆਪਈ ਨਾਨਕ ਮਿਟੇ ਉਪਾਧ। ਚਾਲਾਂਗੈ ਦਿਨ ਚੜ੍ਹਨ ਤੋਂ ਪਹਿਲਾਂ ਜਦੋਂ ਲੋ ਲੱਗਦੀ ਹੈ ਉਸ ਤੋਂ ਪਹਿਲਾਂ ਉੱਠਣਾ ਹੈ, ਇਸ ਤੋਂ ਪਹਿਲਾਂ ਦਾ ਵੇੜਾ, ਜਿਸ ਨੂੰ ਅੰਮ੍ਰਿਤ ਵੇੜਾ ਕਿਹਾ ਹੈ। ਔਰ ਸਾਨੂੰ ਮਹਾਰਾਜ ਜੋ ਨਿਤਨੇਮ ਦੀ ਬਾਣੀ ਬਖਸ਼ਿਸ਼ ਕੀਤੀ ਹੈ ਜਪਜੀ ਸਾਹਿਬ, ਇਸ ਦੀ ਚੌਥੀ ਪੌੜੀ ਵਿੱਚ ਆਪਾਂ ਰੋਜ਼ ਹੀ ਪੜ੍ਹਦੇ ਹਾਂ, ਕਈ ਵਾਰੀ ਪੜ੍ਹ ਚੁੱਕੇ ਹਾਂ, ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਪਹਿਲਾਂ ਸਵਾਲ ਕੀਤੇ ਹਨ, ਸਵਾਲ ਕੀ ਹਨ ਕਿ ਕਿਹੜੀ ਚੀਜ਼ ਵਾਹਿਗੁਰੂ ਦੇ ਅੱਗੇ ਰੱਖੀਏ, ਫਿਰ ਕਿਆ ਅੱਗੇ ਰੱਖੀਏ, ਜਿੱਤ ਦਿਸੇ ਦਰਬਾਰ, ਅਸੀਂ ਕਿਹੜੀ ਭੇਟਾ ਮਹਾਰਾਜ ਦੇ ਅੱਗੇ ਰੱਖੀਏ ਜਿਹਦੇ ਨਾਲ ਸਤਿਗੁਰੂ ਜੀ ਸਾਡੇ 'ਤੇ ਖੁਸ਼ ਹੋ ਜਾਣ। ਕੋਈ ਕੋਈ ਭੇਟਾ ਕਰਦਾ ਹੈ, ਕੋਈ ਕੁਝ ਭੇਟਾ, ਕੋਈ ਧਨ ਭੇਟਾ ਕਰਦਾ ਹੈ,
ਮੂੰਹ ਕਿ ਬੋਲਣ ਬੋਲੀਏ ਜਿਤ ਸੁਣ ਧਰੇ ਪਿਆਰ, ਕਿਹੜੇ ਬੋਲ ਬੋਲੀਏ ਆਪਾਂ ਗੁਰੂ ਦੇ ਕੋਲ ਆ ਕੇ ਜਿਨ੍ਹਾਂ ਨੂੰ ਸੁਣ ਕੇ ਗੁਰੂ ਸਾਡੇ ਨਾਲ ਪਿਆਰ ਕਰਨ ਲੱਗ ਪਵੇ। ਤਾਂ ਮਹਾਰਾਜ ਕਹਿੰਦੇ ਕਿ ਆਹ ਤਰੀਕਾ ਹੈ, ਆਹ ਕੁਛ ਕਰ, ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਜਿਹੜਾ ਝਾਲੰਗ ਹੈ ਜਿਹਨੂੰ ਕਿਹਾ ਹੈ, ਦਿਨ ਚੜ੍ਹਨ ਤੋਂ ਪਹਿਲਾਂ ਦਾ ਜਿਹੜਾ ਸਮਾਂ ਹੈ, ਇਹ ਗੁਰੂ ਨੂੰ ਭੇਟਾ ਦੇ ਦੇ। ਇਹ ਭੇਟਾ ਸਭ ਤੋਂ ਵਧੀਆ, ਜਿਹਨੇ ਅੰਮ੍ਰਿਤ ਵੇਲਾ ਗੁਰੂ ਨੂੰ ਦੇ ਦਿੱਤਾ ਉਸਨੇ ਸਾਰੀਆਂ ਭੇਟਾਵਾਂ ਦੇ ਦਿੱਤੀਆਂ। ਬਸ ਇਹੀ ਗੱਲ ਸਮਝਣ ਵਾਲੀ ਹੈ ਸਾਨੂੰ। ਮਹਾਰਾਜ ਨੇ ਦੇਖੋ ਇੱਕ ਘਰ ਦਿੱਤਾ ਹੈ ਜਿੱਥੇ ਛੱਤ ਹੈ, ਜਿੱਥੇ ਆਪਾਂ ਰੋਜ਼ ਜਾ ਕੇ ਰਾਤ ਕੱਟਦੇ ਹਾਂ। ਇੱਕ ਆਹ ਘਰ ਹੈ ਸਾਡਾ, ਹਿਰਦਾ ਘਰ ਹੈ ਸਾਡਾ, ਸਰੀਰ ਦੇ ਅੰਦਰ, ਸਰੀਰ ਇਹਦੇ ਵਿੱਚ ਹੀ ਉਹਦਾ ਘਰ ਹੈ। ਵਾਹਿਗੁਰੂ ਦਾ ਘਰ ਹੈ ਜਿਹਨੂੰ ਹਿਰਦਾ ਕਿਹਾ ਹੈ, ਇਹ ਸਾਡੇ ਇਸ ਘਰ ਦੇ ਅੰਦਰ ਘਰ ਹੈ। ਕੋਠਰਾ ਮੈਂ ਕੋਠਰੀ ਪਰਮ ਕੋਠੀ ਵਿਚਾਰ, ਇੱਕ ਕੋਠਾ ਤਾਂ ਸਰੀਰ ਦਾ ਬਣਾਇਆ, ਇਹਦੇ ਵਿੱਚ ਇੱਕ ਹੋਰ ਕੋਠਾ ਬਣਾ ਦਿੱਤਾ ਹੈ ਜਿਹਨੂੰ ਹਿਰਦਾ ਕਹਿੰਦੇ ਹਨ। ਉਹਦੇ ਬਾਰੇ ਮਹਾਰਾਜ ਕਹਿੰਦੇ ਕਿ ਵਿਚਾਰ ਕਰਿਆ ਕਰ, ਸੋਚਿਆ ਕਰ। ਇਹ ਘਰ ਅਤੇ ਸੰਸਾਰੀ ਘਰ, ਦੋਵਾਂ ਘਰਾਂ ਨੂੰ ਜੇ ਵੱਸਦਾ ਕਰਨਾ ਹੈ ਤਾਂ ਇੱਕੋ ਇੱਕ ਤਰੀਕਾ ਹੈ। ਇਹਨਾਂ ਘਰਾਂ ਨੂੰ ਜੇ ਸੋਹਣੇ ਬਣਾਉਣਾ ਹੈ ਤਾਂ, ਜਿਹਦੇ ਵਿੱਚ ਬੈਠ ਕੇ ਸਾਨੂੰ ਆਨੰਦ ਆਵੇ, ਜੇ ਮਨ ਅੰਦਰ ਟਿੱਕੇ ਤਾਂ ਅੰਦਰੋਂ ਆਨੰਦ ਆਵੇ, ਜੇ ਬਾਹਰਲੇ ਘਰ ਵਿੱਚ ਟਿੱਕੇ ਤਾਂ ਉੱਥੇ ਵੀ ਆਨੰਦ ਆਵੇ। ਤਾਂ ਮਹਾਰਾਜ ਕਹਿੰਦੇ ਜਿੱਥੇ ਨਾਮ ਜਪੀਏ ਮੇਰੇ ਪਿਆਰੇ ਸੇ ਅਸਤਲ ਸੋਇਨ ਚਬਾਰੇ, ਨਾਮ ਜਪਣਾ ਸ਼ੁਰੂ ਕਰ ਦੇ। ਜਿੱਥੇ ਇੱਟਾਂ ਵਾਲਾ ਘਰ ਸੋਹਣਾ ਬਣਾਉਣਾ ਤਾਂ ਨਾਮ ਜਪਣਾ ਸ਼ੁਰੂ ਕਰ ਦੇ। ਝੁੱਗੀਆਂ ਜਿਹੜੀਆਂ ਹਨ ਮਹਿਲ ਬਣ ਜਾਂਦੀਆਂ। ਜਿੱਥੇ ਨਾਮ ਜਪਿਆ ਜਾਂਦਾ ਹੈ ਉਹ ਉਜਾੜ ਥਾਵਾਂ ਜਿਹੜੀਆਂ ਹਨ ਵਸਦੀਆਂ ਹੋ ਜਾਂਦੀਆਂ, ਰੌਣਕਾਂ ਲੱਗ ਜਾਂਦੀਆਂ। ਇਸੇ ਤਰ੍ਹਾਂ ਸਾਡਾ ਅੰਦਰ ਹੈ, ਸਾਡੇ ਅੰਦਰ ਜੋ ਹਿਰਦਾ ਹੈ ਸਾਡਾ, ਇਹ ਵੀ ਸਾਡਾ ਘਰ, ਨਿੱਜ ਘਰ ਜਿਹਨੂੰ ਮਹਾਰਾਜ ਨੇ ਕਿਹਾ, ਨਿੱਜ ਕਰ ਮਹਿਲ ਪਾਵੋ ਸੁਖ ਸਹਿਜੇ ਬੌਰ ਨ ਹੋਏ ਗਫੇਰਾ। ਇਹ ਨਿੱਜ ਮਹਿਲ ਹੈ ਸਾਡਾ ਅੰਦਰ, ਇਹ ਕਿਵੇਂ ਵਸੇਗਾ? ਇਹ ਵੀ ਇਸੇ ਤਰੀਕੇ ਨਾਲ ਵਸੇਗਾ ਕਿ ਨਾਮ ਜਪਾਂਗੇ। ਕਿਵੇਂ? ਮਹਾਰਾਜ ਕਹਿੰਦੇ ਝਾਲਾਂਗੇ ਉੱਠ ਨਾਮ ਜਪ, ਨਿਸਵਾਸਰ ਆਰਾਧ, ਰਾਤ ਦਿਨ ਹੀ। ਫਿਰ ਇਹ ਨਹੀਂ ਕਿ ਸਵੇਰੇ ਉੱਠ ਕੇ ਨਾਮ ਜਪ ਲਿਆ, ਸਾਰਾ ਦਿਨ ਗੱਪਾਂ ਮਾਰੀਆਂ, ਹੋਰ ਭੈੜੀਆਂ ਗੱਲਾਂ ਕੀਤੀਆਂ, ਠੱਗੀਆਂ, ਠੋਰੀਆਂ, ਝੂਠ, ਇਹ ਨਹੀਂ। ਦਿਨੇ ਵੀ ਉਹਨੂੰ ਯਾਦ ਰੱਖਣਾ ਹੈ, ਰਾਤ ਦਿਨ ਉਸਨੂੰ ਯਾਦ ਰੱਖੀ। ਇਹ ਨਾ ਸਵੇਰੇ ਸਵੇਰੇ ਰਾਧ ਕੇ ਭੁੱਲ ਜਾਏ ਕਿ ਮੈਂ ਤਾਂ ਹੁਣ ਅੰਮ੍ਰਿਤ ਵੇਲਾ ਸੰਭਾਲ ਲਿਆ, ਹੁਣ ਨਹੀਂ ਮੈਨੂੰ ਕੋਈ ਲੋੜ। ਬਾਸਰ ਦਾ ਅਰਥ ਹੈ ਦਿਨ ਅਤੇ ਨਿਸ ਦਾ ਅਰਥ ਹੈ ਰਾਤ, ਭਾਵ ਹਰ ਵੇਲੇ ਹੀ। ਨਿਸ ਬਾਸਰ ਦਾ ਮਤਲਬ ਹੋ ਗਿਆ ਹਰ ਵੇਲੇ ਹੀ ਉਸਨੂੰ ਯਾਦ ਰੱਖ। ਜਿੱਥੇ ਨਾਮ ਨਾ ਜਪੀਏ ਮੇਰੇ ਪਿਆਰੇ ਸਹੀ ਨਗਰ ਉਜਾੜੀ ਜੀ। ਨਾਲ ਮਹਾਰਾਜ ਨੇ ਇਹ ਵੀ ਕਹਿਤਾ ਜੀ ਕਿ ਜੇ ਤੁਹਾਨੂੰ ਉਜਾੜ ਬਣਾਉਣਾ ਹੈ ਤਾਂ ਉਹ ਵੀ ਘਰ, ਇੱਟਾਂ ਵਾਲਾ ਵੀ ਜਿੱਥੇ ਰਾਤ ਸੁਣਦੇ ਹਾਂ, ਅਤੇ ਆਹ ਵੀ ਘਰ ਸਾਡਾ, ਇਹ ਉਜਾੜ ਬਣ ਜਾਏਗਾ ਜੇ ਤੂੰ ਨਾਮ ਨੂੰ ਭੁੱਲ ਗਿਆ ਤਾਂ।
ਹੁਣ ਦੋਵਾਂ 'ਚੋਂ ਆਪਾਂ ਕਿਹੜੀ ਗੱਲ ਕਰਨੀ ਹੈ, ਇਹਨੂੰ ਵਸਦਾ ਕਰਨਾ ਹੈ, ਸੋਹਣਾ ਬਣਾਉਣਾ ਹੈ, ਸੋਨੇ ਨੂੰ ਕਹਿੰਦੇ ਹਨ, ਸੋਨੇ ਦੇ ਜਿੱਦਾਂ ਘਰ ਬਣੇ ਹੋਣ, ਸੋਹਣੇ ਪਾਓ ਸਾਰੇ, ਸੋਹਣੇ ਸਜਾਏ ਹੋਏ ਹੋਣ, ਇਹ ਸਾਡਾ ਵੀ ਹਿਰਦਾ ਰੂਪੀ ਘਰ ਸੋਹਣਾ ਬਣ ਜਾਵੇ। ਤਾਂ ਫਿਰ ਆਹ ਤਰੀਕਾ ਹੈ ਕਿ ਨਾਮ ਜਪੀ ਜਾ, ਉਹਦੇ ਧਿਆਨ 'ਚ ਜੁੜਿਆ ਕਰ, ਨਹੀਂ ਤਾਂ ਇਹ ਉਜਾੜ ਹੋ ਜਾਏਗਾ, ਇਹ ਵੀ ਘਰ ਤੇਰਾ ਵੀ ਉਜਾੜ ਹੋ ਜਾਏਗਾ। ਜਿੱਥੇ ਉਜਾੜ ਹੋਵੇ ਉੱਥੇ ਉੱਲੂ, ਗਿੱਦੜ, ਇਹੋ ਜਿਹੇ ਭੈੜੇ ਜਿਹੜੇ ਜਾਨਵਰ ਹਨ, ਜਿਨ੍ਹਾਂ ਦੀ ਆਵਾਜ਼ ਵੀ ਬੁਰੀ ਲੱਗਦੀ ਹੈ, ਆਪਾਂ ਕਹਿੰਦੇ ਇਹ ਇੱਥੇ ਵੇਖੋ ਇਹਨਾਂ ਦੀ ਆਵਾਜ਼ ਜਿਹੜੀ ਸਾਨੂੰ ਤੰਗ ਕਰਦੀ ਹੈ, ਬੁਰੀ ਲੱਗਦੀ ਹੈ, ਇਹਨਾਂ ਦਾ ਵਾਸਾ ਹੋ ਜਾਏਗਾ ਤੇਰੇ ਨਿੱਜ ਘਰ ਦੇ, ਭਾਵ ਤੇਰੇ 'ਤੇ ਵਿਕਾਰ ਹਾਵੀ ਹੋ ਜਾਣਗੇ। ਇਹ ਉਜਾੜ ਭਾਲਦੇ ਹਨ, ਵਿਕਾਰ ਉੱਥੇ ਹਨ ਜਿੱਥੇ ਨਾਮ ਨਹੀਂ ਹੈ, ਇਹਨਾਂ ਨੂੰ ਤਾਂ ਉਜਾੜ ਚਾਹੀਦਾ ਹੈ। ਇਸੇ ਤਰ੍ਹਾਂ ਹੀ ਬਾਹਰਲੇ ਘਰ ਦੇ ਵਿੱਚ, ਉਹ ਵੀ ਘਰ ਸਾਨੂੰ ਗੁਰੂ ਨੇ ਦਿੱਤਾ ਹੈ, ਇਹ ਵੀ ਘਰ ਸਾਨੂੰ ਗੁਰੂ ਨੇ ਦਿੱਤਾ, ਦੋਵਾਂ ਘਰਾਂ 'ਚ, ਉੱਥੇ ਵੀ ਜੇ ਨਹੀਂ ਨਾ ਕੋਈ ਨਾਮ ਜਪਦਾ, ਸੁੱਤੇ ਨਹੀਂ ਸਵੇਰੇ ਉੱਠਦੇ, ਰਾਤ ਨੂੰ 12-1 ਵਜੇ ਤੱਕ ਜਾਗਦੇ ਰਹਿੰਦੇ ਹਨ, ਫਿਰ ਸਵੇਰੇ ਉੱਠਦੇ ਨਹੀਂ ਹਨ, ਉਹ ਵਸਦਾ ਹੋਇਆ ਘਰ ਵੀ ਉਜਾੜ ਬਣ ਜਾਂਦਾ ਹੈ। ਔਰ ਤੁਸੀਂ ਦੇਖ ਸਕਦੇ ਜੇ ਦੁਨੀਆ ਦੇ ਉੱਤੇ ਕਿ ਆਪਣੇ ਸ਼ਹਿਰ ਦੇ ਵਿੱਚ ਇਹੋ ਜਿਹੀਆਂ ਕੋਠੀਆਂ ਲੋਕਾਂ ਨੇ ਸਜਾਈਆਂ ਹੋਈਆਂ ਹਨ, ਵਿੱਚ ਬੰਦਾ ਕੋਈ ਨਹੀਂ ਰਹਿੰਦਾ, ਭਈਆਂ ਨੂੰ ਰਾਖੀ ਵਾਸਤੇ ਰੱਖਿਆ ਹੋਇਆ, ਜਿਨ੍ਹਾਂ ਨੂੰ ਰੱਬ ਦਾ ਪਤਾ ਹੀ ਕੋਈ ਨਹੀਂ ਹੈ, ਵੀ ਤੁਸੀਂ ਰਾਖੀ ਕਰੀ ਜਾਓ। ਉਜਾੜ ਕਿਉਂ ਬਣ ਗਿਆ? ਜੇ ਉੱਥੇ ਨਾਮ ਜਪਦੇ ਹੁੰਦੇ ਤਾਂ ਉੱਥੇ ਵਸੋਂ ਹੋਣੀ ਸੀ, ਉਜਾੜ ਥਾਂ 'ਤੇ ਕੋਈ ਨਹੀਂ ਵਸਦਾ ਹੈ, ਉੱਥੇ ਫਿਰ ਉਜਾੜ। ਦੇਖੋ ਆਮ ਤੌਰ 'ਤੇ ਗੱਲ ਕਹੀ ਜਾਂਦੀ ਹੈ ਕਿ ਜਿਹੜਾ ਜਿੱਥੇ ਸ਼ਮਸ਼ਾਨ ਭੂਮੀ ਹੁੰਦੀ ਹੈ ਨਾ, ਕਬਰਸਤਾਨ ਹੁੰਦੇ ਹਨ, ਅਸੀਂ ਨਿੱਕੇ ਹੁੰਦਿਆਂ ਸੁਣਦੇ ਹਾਂ, ਸੁਣਦੇ ਸੀ ਕਿ ਇੱਥੇ ਭੂਤ ਪ੍ਰੇਤ ਰਹਿੰਦੇ ਹਨ, ਮਤਲਬ ਇਹ ਆਪਾਂ ਨੂੰ ਡਰ ਪੈਦਾ ਹੋਇਆ ਹੈ ਨਾ, ਪੈਦਾ ਕੀਤਾ ਹੋਇਆ ਆਪ ਉਨ ਸਾਡੇ ਵੱਡਿਆਂ ਨੇ, ਵੱਡਿਆਂ ਤੋਂ ਉਸ ਤੋਂ ਵੱਡਿਆਂ ਨੇ, ਉੱਥੇ ਕਿਉਂ ਭੂਤ ਪ੍ਰੇਤ, ਮਾੜੀਆਂ ਰੂਹਾਂ? ਕਿਉਂਕਿ ਉੱਥੇ ਉਜਾੜ ਹੈ, ਕੋਈ ਨਹੀਂ ਜਾਂਦਾ ਉੱਥੇ, ਦੇਖ ਲਓ ਤੁਸੀਂ ਇੱਕ ਰਾਤ ਕੱਟ ਕੇ ਦੇਖ ਲਓ, ਉੱਥੇ ਬੜਾ ਔਖਾ ਹੈ, ਇੱਕ ਰਾਤ ਕੀ ਤੁਸੀਂ ਰਾਤ ਨੂੰ 2 ਘੰਟੇ ਵੀ ਨਹੀਂ ਰਹਿ ਸਕਦੇ ਉੱਥੇ, ਭੱਜੋਗੇ ਉੱਥੇ, ਉਜਾੜ 'ਚ ਕੋਈ ਨਹੀਂ ਰਹਿੰਦਾ ਬਿਲਕੁਲ ਹੀ। ਇੱਕ ਵਾਰੀ ਉਜਾੜ ਬਣ ਗਿਆ, ਮੁੜ ਕੇ ਉਸ ਨੂੰ ਫਿਰ ਵਸਾਉਣਾ ਬਹੁਤ ਔਖਾ ਹੈ, ਚਾਹੇ ਆ ਸਾਡਾ ਅੰਦਰਲਾ ਘਰ ਹੈ, ਚਾਹੇ ਉਹ ਬਾਹਰਲਾ ਘਰ ਹੈ। ਇਸ ਕਰਕੇ ਬਚਣਾ ਹੈ, ਆਪਾਂ ਸਾਵਧਾਨ ਹੋਣਾ, ਜਿੰਨੇ ਕੁ ਆਪਾਂ ਗੁਰੂ ਦੇ ਨਾਲ ਜੁੜੇ, ਗੁਰੂ ਦੀ ਸੰਗਤ 'ਚ ਆਉਂਦੇ ਹਾਂ, ਅਤੇ ਸਾਨੂੰ ਤਾਂ ਫਿਰ ਇੱਕ ਸਿੱਖਣਾ ਚਾਹੀਦਾ ਹੈ ਨਾ, ਵੀ ਸਾਡਾ ਆਹ ਵੀ ਘਰ ਵਸਦਿਆਂ 'ਚ ਹੋ ਜਾਵੇ, ਇੱਥੇ ਵੀ ਰੌਣਕਾਂ ਲੱਗੀਆਂ ਰਹਿਣ, ਚੰਗੇ ਗੁਣਾਂ ਦਾ ਪਹਿਰਾ ਹੋ ਜਾਵੇ ਸਾਡੇ ਅੰਦਰ, ਸਾਡੀ ਰਸਨਾ 'ਤੇ ਸੱਚ ਆ ਜਾਵੇ, ਅਸੀਂ ਸੰਤੋਖੀ ਜੀਵਨ ਜੀਈਏ, ਸਬਰ ਸੰਤੋਖ ਵਿੱਚ ਜੀਵਨ ਜੀਈਏ, ਰੱਬ ਦੀ ਰਜ਼ਾ ਵਿੱਚ ਰਹੀਏ, ਜੋ ਦਿੰਦਾ ਹੈ ਉਸਦਾ ਸ਼ੁਕਰਾਨਾ ਕਰੀਏ, ਦਇਆ ਦਾ ਗੁਣ ਸਾਡੇ ਅੰਦਰ ਆ ਜਾਵੇ। ਇਹ ਦੇਵਤੇ ਹਨ, ਇਹ ਗੁਣ ਜਿਹੜੇ ਹਨ ਇਹ ਦੇਵਤੇ ਹਨ, ਇਹ ਦੇਵਤੇ ਹਨ। ਅਸੀਂ ਕੋਈ ਵੇਖ ਕੇ ਕੋਈ ਲੋੜਵੰਦ ਹੈ ਉਸਦੀ ਮਦਦ ਕਰੀਏ,
ਦੁਖੀ ਹੈ ਉਸ ਦੇ ਦੁੱਖ ਨੂੰ ਆਪਾਂ ਸੁਣੀਏ, ਇਹ ਗੁਣ ਸਾਡੇ ਅੰਦਰ ਹੋਵੇ, ਸਾਡੇ ਜੀਵਨ ਦਾ ਕੋਈ ਨਿਯਮ ਬਣ ਜਾਵੇ, ਕਿੰਨੇ ਵਜੇ ਉੱਠਣਾ ਹੈ, ਕਿੰਨੇ ਵਜੇ ਗੁਰੂ ਦੀ ਸੰਗਤ ਕਰਨੀ ਹੈ, ਕਿੰਨੇ ਵਜੇ ਆਪਣਾ ਕਾਰ ਵਿਹਾਰ ਦੁਨੀਆ ਦਾ ਕਰਨਾ, ਕਿੰਨੇ ਵਜੇ ਸੌਣਾ ਹੈ, ਆਰਾਮ ਕਰਨਾ ਹੈ, ਪਰਿਵਾਰ ਵਿੱਚ ਕਿੰਨਾ ਚਿਰ ਰਹਿਣਾ ਹੈ, ਉਹਨਾਂ ਦੇ ਨਾਲ ਗੱਲਾਂ ਬਾਤਾਂ ਕਿੰਨਾ ਕੁ ਚਿਰ ਕਰਨੀਆਂ ਹਨ, ਇਹ ਸਾਡੇ ਜੀਵਨ ਦਾ ਇੱਕ ਨਿਯਮ ਬਣਨਾ ਚਾਹੀਦਾ। ਇਹ ਬਣ ਜਾਂਦਾ ਹੈ, ਜਿੱਥੇ ਨਾਮ ਜਪਦੇ ਹਨ ਉੱਥੇ ਨਿਯਮ ਬਣ ਜਾਂਦਾ। ਧੀਰਜ ਦਾ ਗੁਣ ਸਾਡੇ ਅੰਦਰ ਆ ਜਾਵੇ, ਸਹਿਜ ਵਿੱਚ ਰਹੀਏ, ਅਜਰ ਨੂੰ ਜਰੀਏ, ਸਾਨੂੰ ਕੋਈ ਗਲਤ ਵੀ ਬੋਲਦਾ ਹੈ ਤਾਂ ਆਪਾਂ ਉਹਦੇ ਜਵਾਬ ਦੇ ਵਿੱਚ ਉਹਨੂੰ ਜਵਾਬ ਨਾ ਦਈਏ, ਚੁੱਪ ਰਹੀਏ। ਜੇ ਆਪਾਂ ਚੁੱਪ ਰਹਾਂਗੇ ਉਹ ਕਿੰਨਾ ਕੁ ਚਿਰ ਗਲਤ ਬੋਲੀ ਜਾਏਗਾ, ਸ਼ਰਮਿੰਦਾ ਹੋ ਜਾਏਗਾ। ਮਹਾਤਮਾ ਬੁੱਧ ਦੇ ਜੀਵਨ ਦੀ ਇੱਕ ਸਾਖੀ ਆਉਂਦੀ ਹੈ ਕਿ ਕੋਈ ਆਇਆ, ਇਨਸਾਨ ਨੂੰ ਬਹੁਤ ਬੁਰਾ ਭਲਾ ਕਿਹਾ, ਗਾਲਾਂ ਕੱਢੀਆਂ ਉਸਨੂੰ। ਉਹ ਜਦੋਂ ਚਲੇ ਗਿਆ, ਮਹਾਤਮਾ ਬੁੱਧ ਜੀ ਚੁੱਪ ਰਹੇ ਅਤੇ ਚੇਲੇ ਕਹਿਣ ਲੱਗੇ, ਮਹਾਤਮਾ ਜੀ ਉਹਨੇ ਇੰਨਾ ਕੁਛ ਕੀਤਾ, ਇੰਨਾ ਕੁਛ ਬੁਰਾ ਭਲਾ ਕਿਹਾ, ਤੁਸੀਂ ਕਿਉਂ ਨਹੀਂ ਬੋਲੇ? ਕਹਿੰਦੇ ਭਾਈ, ਜੇ ਕੋਈ ਸਾਨੂੰ ਕੋਈ ਚੀਜ਼ ਦੇਣੀ ਚਾਹੇ ਅਸੀਂ ਨਾ ਲਈਏ ਤਾਂ ਕਿਹਦੇ ਕੋਲ ਰਹੇਗੀ? ਸਾਨੂੰ ਕੋਈ ਚੀਜ਼ ਦੇਣੀ ਚਾਹੁੰਦਾ ਹੈ, ਆਪਾਂ ਕਹਿੰਦੇ ਮੈਂ ਨਹੀਂ ਲੈਂਦਾ, ਕਿਹਦੇ ਕੋਲ ਰਹੇਗੀ? ਜਿਹੜਾ ਦੇਣੀ ਚਾਹੁੰਦਾ ਉਹਦੇ ਕੋਲ ਰਹੇਗੀ ਨਾ, ਉਹਦੀਆਂ ਗਾਲਾਂ ਉਹਦੇ ਕੋਲ ਰਹਿ ਗਈਆਂ, ਅਸੀਂ ਪ੍ਰਵਾਨ ਹੀ ਨਹੀਂ ਕੀਤੀਆਂ, ਅਸੀਂ ਉਹਦੀਆਂ ਗਾਲਾਂ ਵੱਲ ਧਿਆਨ ਨਹੀਂ ਦਿੱਤਾ। ਇਹ ਗੁਣ ਹੈ, ਅਜਰ ਨੂੰ ਜਰਨਾ, ਆਪਾਂ ਅਰਦਾਸ ਕਹਿੰਦੇ ਦੇਖ ਕੇ ਅਣਗਿਠ ਕਰਨਾ, ਧੀਰਜ ਇਹਨੂੰ ਕਹਿੰਦੇ ਹਨ। ਸੋ ਇਸੇ ਤਰ੍ਹਾਂ ਹੀ ਸਾਡੇ ਅੰਦਰ ਭਾਵਨਾ ਹੋਵੇ, ਸੇਵਾ ਕਰਨ ਦੀ ਭਾਵਨਾ ਹੋਵੇ, ਸਾਡੇ ਅੰਦਰ ਜੀ ਕਰੇ ਸਾਡਾ ਵੇਖੀਏ ਅਸੀਂ ਕਿਹੜੀ ਸੇਵਾ ਕਰਨ ਦੀ ਲੋੜ ਹੈ, ਗੁਰੂ ਘਰ 'ਚ ਆਉਂਦੇ ਹਾਂ ਉੱਥੇ ਵੇਖੀਏ ਕਿਹੜੀ ਸੇਵਾ ਦੀ ਲੋੜ ਹੈ, ਚੁੱਪ ਕਰਕੇ ਵੇਖ ਕੇ ਨਾ ਲੰਘ ਜਾਈਏ, ਉਹ ਸੇਵਾ ਕਰੀਏ। ਇਹ ਵੀ ਇੱਕ ਗੁਣ ਹੈ, ਇਹ ਹੈ, ਇਹ ਸਾਰੇ ਗੁਣ ਜਿਹੜੇ ਹਨ, ਸਿਮਰਨ ਹੈ, ਇਹ ਸਾਰਾ ਕੁਛ ਜਿਹੜਾ ਹੈ ਇਹ ਦੇਵਤੇ ਹਨ, ਇਹ ਸ਼ੁਭ ਗੁਣ ਹੀ ਦੇਵਤੇ ਹਨ। ਜਿੰਨੇ ਵਿਕਾਰ ਹਨ, ਜਿੰਨੀ ਦੁਰਮਤ ਹੈ, ਇਹ ਸਭ ਦੈਂਤ ਹਨ। ਹੁਣ ਇਹ ਅਸੀਂ ਵੇਖਾਂਗੇ ਕਿ ਇੱਥੇ ਦੈਂਤਾਂ ਦਾ ਪੈਰਾ ਕਰਨਾ ਇਸ ਘਰ 'ਚ ਅਤੇ ਉਸ ਘਰ 'ਚ, ਕਿ ਇੱਥੇ ਦੇਵਤਿਆਂ ਦਾ ਪੈਰਾ ਕਰਨਾ, ਸੁਖੀ ਕਿੱਥੇ ਹੋਵਾਂਗੇ? ਸੁਖੀ ਤਾਂ ਹੋਵਾਂਗੇ ਨਾ, ਚਾਹੇ ਆਹ ਘਰ ਹੈ ਸਾਡਾ, ਚਾਹੇ ਉਹ ਹੈ, ਸੁਖੀ ਤਾਂ ਹੋਵਾਂਗੇ ਜੇ ਇੱਥੇ ਸਾਡਾ ਮਨ ਟਿਕੇਗਾ, ਮਨ ਨੂੰ ਸ਼ਾਂਤੀ ਆਵੇਗੀ। ਆਪਾਂ ਨੂੰ ਘਰ ਦੇ ਵਿੱਚ ਜਾਂਦਿਆਂ ਨੇ ਕੋਈ ਨਾ ਕੋਈ ਸਮੱਸਿਆ ਆ ਜਾਏ ਸਾਹਮਣੇ ਖੜੀ, ਅਸੀਂ ਕਹਿੰਦੇ ਐਵੇਂ ਹੀ ਆ ਗਈ ਯਾਰ ਘਰ, ਇਹਦੇ ਤਾਂ ਉੱਥੇ ਚੰਗਾ ਸੀ, ਨਹੀਂ ਨਾ ਦਿਲ ਲੱਗੇਗਾ ਘਰ 'ਚ ਰੋਜ਼ ਕਲੇਸ਼ ਰਹੇ, ਅਸੀਂ ਕੀ ਕਹਿੰਦੇ ਹਾਂ ਇਹਦੇ ਨਾਲ ਤਾਂ ਕਿਤੇ ਹੋਰ ਚਲੇ ਜੀ ਚੰਗਾ ਹੈ। ਜਿੱਥੇ ਕਲੇਸ਼ ਹੈ ਉੱਥੇ ਕਿਸੇ ਦਾ ਦਿਲ ਨਹੀਂ ਲੱਗਦਾ। ਮਹਾਰਾਜ ਕੀ ਕਹਿੰਦੇ ਹਨ,
ਇਹ ਸਵਾਰ ਲਾ ਕਰਾਂ ਨੂੰ, ਇਹਨਾਂ ਨੂੰ ਵੱਸਦੇ ਕਰ ਲਾ। ਕਾਰਾ ਤੁਝੇ ਨਾ ਵਿਆਪਈ, ਵਿਆਪਈ ਨਾਨਕ ਮਿਟੇ ਪਾਦ। ਕਾਰਾ ਕੀ ਹੈ? ਚਿੰਤਾ। ਸਭ ਤੋਂ ਵੱਡਾ ਦੁੱਖ ਸਾਡਾ ਜਿਹੜਾ ਹੈ ਚਿੰਤਾ ਹੈ, ਇਹ ਮਾਨਸਿਕ ਰੋਗ ਹੈ। ਹੋਰ ਸਾਰੀਆਂ ਬਿਮਾਰੀਆਂ ਦੀ ਇਲਾਜ ਹੈ, ਲੇਕਿਨ ਕਿਸੇ ਚਿੰਤਾ ਲੱਗੀ ਹੋਵੇ ਤਾਂ ਕੋਈ ਇਲਾਜ ਨਹੀਂ ਹੈ। ਕੋਈ ਚਿੰਤਾ ਵੀ ਲੱਗ ਜੇ ਸਾਨੂੰ, ਇਹ ਮਨੋਰੋਗ ਹੈ। ਉਹਨੂੰ ਸਮਝਾਉਂਦੇ ਹਨ ਮਨੋਵਿਗਿਆਨੀ ਜਿਹੜੇ ਹਨ, ਮਨੋਵਿਗਿਆਨੀ ਡਾਕਟਰ ਜਿਹੜੇ ਹਨ, ਉਹਨੂੰ ਉਹਦੇ ਦਿਮਾਗ 'ਚੋਂ ਗੱਲ ਕੱਢਦੇ ਹਨ ਕਿ ਜੋ ਤੂੰ ਸੋਚਦਾ ਹੈ ਇਹ ਕੁਛ ਨਹੀਂ ਹੈ, ਐਵੇਂ ਤੈਨੂੰ ਫਜ਼ੂਲ ਦੀ ਚਿੰਤਾ ਲੱਗੀ ਹੋਈ। ਸੋ ਇੰਜ ਇਹਦਾ ਇਲਾਜ ਕੀ ਹੈ? ਮਾਰੇ ਕਹਿੰਦੇ ਨਾਮ ਜਪੀ ਜਾ। ਚਿੰਤਾ ਤੋਂ ਮੁਕਤ ਕਰਨ ਵਾਸਤੇ ਕੇਵਲ ਦਵਾਈ ਨਾਮ ਹੈ, ਔਰ ਜਿਹੜਾ ਜਪਦਾ ਹੈ ਉਹ ਚਿੰਤਾ ਤੋਂ ਮੁਕਤ ਹੋ ਜਾਂਦਾ। ਸਾਸ ਸਾਸ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੈ ਚਿੰਤ। ਧਿਆਨ ਰੱਖ ਤੂੰ ਇੱਧਰ। ਦਾਸ ਨੇ ਕੱਲ੍ਹ ਵੀ ਬੇਨਤੀ ਕੀਤੀ, ਫਰਜ਼ ਕਰੋ ਸਾਡੇ ਸਰੀਰ ਨੂੰ ਕੋਈ ਦੁੱਖ ਹੈ, ਰੋਗ ਹੈ, ਕਿਤੇ ਕਲੇਸ਼ ਹੈ, ਕਿਤੇ ਘਰ ਦੇ ਵਿੱਚ ਕਲੇਸ਼ ਹੈ। ਜੇ ਆਪਾਂ ਉਦੋਂ ਦੁਖੀ ਹੋਵਾਂਗੇ ਜਦੋਂ ਆਪਣਾ ਧਿਆਨ ਉਸ ਪਾਸੇ ਨੂੰ ਜਾਵੇਗਾ। ਜੇ ਸਾਡਾ ਸਰੀਰ ਦੀ ਬਿਮਾਰੀ ਵੱਲ ਧਿਆਨ ਹੀ ਨਾ ਜਾਵੇ ਤਾਂ ਅਸੀਂ ਸੁਖੀ ਰਹਾਂਗੇ। ਬਿਮਾਰੀ ਉਹਨਾਂ 'ਚ ਰਹਿੰਦੀ ਹੈ ਜਿੰਨਾ ਚਿਰ ਨੂੰ ਆਪਾਂ ਯਾਦ ਕਰਦੇ ਹਾਂ। ਸਾਡੇ ਜਿਹੜਾ ਸਰੀਰ ਬਣਾਇਆ ਹੈ ਨਾ ਰੱਬ ਨੇ, ਇਹਦੇ ਅੰਦਰ ਉਹਨੇ ਇਹੋ ਜਿਹੀਆਂ ਸ਼ਕਤੀਆਂ ਪੈਦਾ ਕੀਤੀਆਂ ਨੇ ਕਿ ਇਹ ਆਪਣਾ ਇਲਾਜ ਆਪ ਵੀ ਕਰ ਲੈਂਦਾ। ਡਾਕਟਰ ਵੀ ਇਹ ਗੱਲ ਕਹਿੰਦੇ ਹਨ ਸਾਰੇ, ਆਪਣਾ ਇਲਾਜ ਆਪ ਕਿਵੇਂ ਕਰ ਲੈਂਦਾ ਹੈ? ਜਦੋਂ ਆਪਾਂ ਉਸ ਗੱਲ ਵੱਲ ਧਿਆਨ ਹੀ ਨਹੀਂ ਦੇਵਾਂਗੇ ਉਹ ਸਾਡੇ ਸਾਹਮਣੇ ਪਰੇ ਹੋ ਜਾਏਗੀ। ਜਦੋਂ ਅਸੀਂ ਪਰਾਂ ਹੋ ਜਾਵਾਂਗੇ, ਜਿਹੜੇ ਕਹਿੰਦੇ ਨਾ ਕਿ ਨਾਮ ਜਪ ਕੇ ਲੋਕਾਂ ਦੇ ਕੈਂਸਰ ਦੇ ਬਿਮਾਰੀਆਂ ਹਟ ਗਈਆਂ, ਕਿਸੇ ਨੂੰ ਕੋਈ ਹੋਰ ਬਿਮਾਰੀ ਲੱਗੀ ਸੀ, ਉਹ ਬਿਮਾਰੀਆਂ ਜਿਹੜੀਆਂ ਜਿਨ੍ਹਾਂ ਦਾ ਇਲਾਜ ਕੋਈ ਨਹੀਂ ਸੀ ਉਹ ਹਟ ਗਈਆਂ, ਔਰ ਇਹ ਰਿਕਾਰਡ ਹੈ ਕਿ ਹਟ ਗਈਆਂ, ਉਹ ਇਸੇ ਤਰੀਕੇ ਨਾਲ ਹਟ ਗਈਆਂ ਕਿ ਉਹਨਾਂ ਨੇ ਇਸ ਪਾਸੇ ਧਿਆਨ ਬੰਦ ਕਰ ਦਿੱਤਾ। ਜਦੋਂ ਕਿਸੇ ਦਾ ਕੈਂਸਰ ਦਾ ਟੈਸਟ ਕਰਦੇ ਹਨ ਤਾਂ ਡਾਕਟਰ ਜਿਹੜੇ ਸਿਆਣੇ ਹਨ ਉਹ ਦੱਸਦੇ ਨਹੀਂ ਉਹਨੂੰ ਕਿ ਤੈਨੂੰ ਕੈਂਸਰ ਹੈ, ਕਿਉਂਕਿ ਜੇ ਕੈਂਸਰ ਦਾ ਉਹਨੂੰ ਪਤਾ ਲੱਗ ਜਾਵੇ ਤਾਂ ਉਹ ਜਿੱਥੇ ਉਹਨੇ ਸਾਲ ਕੱਢਣਾ ਹੈ ਉੱਥੇ ਫਿਰ ਇੱਕ ਮਹੀਨਾ ਹੀ ਕੱਢੇਗਾ, ਕਿਉਂਕਿ ਉਹਨੂੰ ਚਿੰਤਾ ਹੋ ਹਾਏ ਕੈਂਸਰ ਹੋ ਗਿਆ, ਹਾਏ ਕੈਂਸਰ ਹੋ ਗਿਆ। ਇਸ ਕਰਕੇ ਕਹਿੰਦੇ ਨਹੀਂ, ਉਹਦੇ ਘਰਦਿਆਂ ਨੂੰ ਕਹਿ ਦਿੰਦੇ ਦੱਸਿਓ ਨਾ ਇਹਨੂੰ, ਫਿਰ ਚਾਰ ਦਿਨ ਕੱਢ ਜਾਏਗਾ। ਬਿਲਕੁਲ ਇਸੇ ਤਰ੍ਹਾਂ ਜਿੰਨੇ ਦੁੱਖ ਹਨ, ਕਲੇਸ਼ ਹਨ, ਸੰਤਾਪ ਹਨ, ਸਾਨੂੰ ਚਿੰਬੜੇ ਹੋਏ ਸਾਰੇ ਹੀ ਬਿਮਾਰੀਆਂ ਚਿੰਬੜੀਆਂ ਹਨ, ਇਹ ਤਾਂ ਹਨ ਅਸੀਂ ਇਹਨਾਂ ਨੂੰ ਯਾਦ ਕਰਦੇ ਰਹਿੰਦੇ। ਜਿਸ ਨੂੰ ਯਾਦ ਕਰੋਗੇ ਉਹ ਸਾਡੇ ਕੋਲ ਰਹੇਗੀ ਚੀਜ਼, ਜਿਹਨੂੰ ਯਾਦ ਨਹੀਂ ਕਰੋਗੇ ਤੁਸੀਂ ਦੁਸ਼ਮਣਾਂ ਨੂੰ ਯਾਦ ਕਰੀ ਜਾਓ, ਦੁਸ਼ਮਣ ਤੁਹਾਡੇ ਕੋਲ ਰਹਿਣਗੇ, ਹਰ ਵੇਲੇ ਤੁਹਾਡੇ ਸਾਹਮਣੇ ਰਹਿਣਗੇ। ਸੋ ਇਹ ਸਿਮਰਨ ਸਾਨੂੰ ਬਾਕੀ ਦੀਆਂ ਗੱਲਾਂ ਨੂੰ ਭੁਲਾਉਂਦਾ ਹੈ, ਜਦੋਂ ਨਾਮ ਵਿੱਚ ਚਿੱਤ ਜੁੜਦਾ ਹੈ ਨਾ, ਜਿਹੜੀਆਂ ਦੂਜੀਆਂ ਗੱਲਾਂ ਹਨ ਭੁੱਲ ਜਾਂਦੀਆਂ। ਪੌੜੀ ਝੱਜਾ ਝੂਰਨ ਮਿਟੇ ਧਮਾਰੋ, ਰਾਮ ਨਾਮ ਸਿਮ ਕਰ ਵਿਹਾਰੋ।
ਯੇ ਪਿਆਰੇ ਨਾਮ ਦੇ ਨਾਲ ਵਿਹਾਰ ਕਰ, ਵਿਹਾਰ ਕੀ ਦਾ ਲੈਣ ਦੇਣ, ਨਾਮ ਜਪਿਆ ਕਰ, ਹੋਰਨਾਂ ਨੂੰ ਵੀ ਨਾਮ ਜਪਣ ਲਈ ਪ੍ਰੇਰਨਾ ਕਰਿਆ ਕਰ। ਇਹ ਵਿਵਹਾਰ ਹੈ, ਇਹ ਵਣਜ ਹੈ। ਇਹਦੇ ਨਾਲ ਵਣਜ ਦੇ ਵਿੱਚ ਕਾਹਦੇ ਵਾਸਤੇ ਪੈਸਾ ਲਾਉਂਦੇ ਹਾਂ, ਪੈਸਾ ਹੋਰ ਵੱਧ ਜਾਂਦਾ ਹੈ। ਅਤੇ ਜੇ ਆਪਾਂ ਆਹ ਵਪਾਰ ਕਰੀਏ, ਇਹ ਵਪਾਰ ਕਰੋ, ਵਪਾਰੀ ਦਰਗਹਿ ਨਿਭੈ ਖੇਪ, ਆਪਾਂ ਵਾਹਿਗੁਰੂ ਦੀ ਦਰਗਾਹ 'ਚ ਪ੍ਰਵਾਨ ਹੋ ਜਾਵਾਂਗੇ। ਸਾਡਾ ਇਹ ਸੌਦਾ ਵਾਹਿਗੁਰੂ ਨੂੰ ਚੰਗਾ ਲੱਗਦਾ ਹੈ। ਚਿੱਜੇ ਅੱਖਰ ਰਾਹੀਂ ਉਪਦੇਸ਼ ਹੈ ਕਿ ਤੇਰਾ ਝੂਰਨਾ ਭਾਵ ਚਿੰਤਾ, ਝੂਰਨਾ ਕਹਿੰਦਾ ਚਿੰਤਾ, ਹਾਏ ਮਰ ਗਏ, ਹਾਏ ਮਰ ਗਏ, ਹਾਏ ਮਰ ਗਏ, ਇਹ ਝੂਰਨਾ ਇਹਨੂੰ ਕਹਿੰਦੇ ਹਨ। ਕਈਆਂ ਲੋਕਾਂ ਨੂੰ ਇਹ ਆਦਤ ਹੁੰਦੀ ਹੈ, ਖਾਸ ਤੌਰ 'ਤੇ ਬੀਬੀਆਂ ਨੂੰ, ਘਰ ਦੀ ਗੱਲ ਰਹਿੰਦੀ ਨਹੀਂ ਹੈ, ਕੋਲ ਨਹੀਂ ਰਹਿੰਦੀ ਹੈ। ਤੁਸੀਂ ਦੱਸੋ ਆਪਣੇ ਘਰ ਦੀ ਗੱਲ ਕਿਸੇ ਨੂੰ ਦੱਸੋ ਕਿ ਤੁਹਾਡਾ ਮਜ਼ਾਕ ਨਹੀਂ ਗਾਏਗਾ। ਆਪਣਾ ਜਲੂਸ ਆਪ ਕੱਢ ਲੈਂਦੇ ਹਨ। ਤੁਹਾਨੂੰ ਜੇ ਕਿਤੇ ਕੋਈ ਘਰ ਦੇ ਵਿੱਚ ਮੁਸ਼ਕਲ ਆ ਵੀ ਗਈ ਹੈ ਤਾਂ ਉਹਨੂੰ ਜਰੋ ਗੁਰੂ ਦੇ ਅੱਗੇ ਅਰਦਾਸ ਕਰੋ, ਠੀਕ ਹੋ ਜਾਏਗਾ। ਜੇ ਤੁਸੀਂ ਲੋਕਾਂ ਨੂੰ ਦੱਸੋਗੇ ਬਾਹਰ ਜਾ ਕੇ, ਉਹ ਤੁਹਾਡਾ ਮਜ਼ਾਕ ਬਣਾਉਣਗੇ ਔਰ ਤਮਾਸ਼ਾ ਵੇਖਣਗੇ ਵੀ ਆਹ ਚੰਗੀ ਇਹਨਾਂ ਦੇ ਘਰ 'ਚ ਆਵੇ, ਲੋਕ ਕਿੰਨਾ ਖੜਕਾ ਦੜਕਾ ਹੋ ਰਿਹਾ। ਇਸੇ ਤਰ੍ਹਾਂ ਹੀ ਤੁਸੀਂ ਆਪਣਾ, ਜੇ ਫਰਜ਼ ਕੋਈ ਮਾੜਾ ਮੋਟਾ ਦੁੱਖ ਕਲੇਸ਼ ਹੈ ਨਾ ਜੀਵਨ ਦੇ, ਐਵੇਂ ਨਾ ਉਹਨੂੰ ਵੀ ਦੱਸ, ਉਹਨੂੰ ਵੀ ਦੱਸ, ਮੈਂ ਬੜਾ ਦੁਖੀ, ਮੈਂ ਬੜਾ ਦੁਖੀ, ਮੇਰੇ ਬੱਚਿਆਂ ਨੇ ਬੜਾ ਤੰਗ ਕੀਤਾ ਹੈ, ਮੈਂ ਬੜਾ, ਮੇਰੇ ਕੋਲ ਕੱਖ ਨਹੀਂ ਹੈ, ਮੇਰਾ ਗੁਜ਼ਾਰਾ ਨਹੀਂ, ਇਹ ਨਾ ਇੱਦਾਂ ਨਹੀਂ ਦੱਸਿਆ ਨਹੀਂ ਕੁਛ ਬਣਦਾ ਹੁੰਦਾ, ਐਵੇਂ ਰੌਲਾ ਪਾਉਂਦੇ। ਇਹਨੂੰ ਜਰਨਾ ਸਿੱਖਣਾ ਚਾਹੀਦਾ। ਕਿਤੇ ਭੁੱਖਾ ਵੀ ਰਹਿਣਾ ਪੈ ਜਾਵੇ ਤਾਂ ਭੁੱਖੇ ਰਹਿਣਾ ਚਾਹੀਦਾ। ਇਹ ਹੈ ਝੂਰਨ ਤੋਂ ਮੁਕਤ ਹੋਣਾ। ਵਾਹਿਗੁਰੂ ਵਾਹਿਗੁਰੂ। ਝੂਰਤ ਝੂਰਤ ਸਾਖਤ ਮੂਆ ਜਾਂ ਕੇ ਹਿਰਦੇ ਹੋਤ ਭਾਉ ਬੀਆ। ਸਾਖਤ ਮਾਇਆ ਦੇ ਪਾਸ਼ਕ, ਜਿਨ੍ਹਾਂ ਦਾ ਧਿਆਨ ਹਰ ਵੇਲੇ ਹੀ ਮਾਇਆ ਵੱਲ, ਮਾਇਆ ਦਾ ਮੋਹ ਹੈ, ਪਰਿਵਾਰ ਦਾ ਮੋਹ ਹੈ, ਪਰਿਵਾਰ ਦੇ ਵਾਸਤੇ ਫਿਰ ਉਹਨਾਂ ਨੂੰ ਕਈ ਕੁਛ ਕਰਨਾ ਪੈਂਦਾ, ਝੂਠ ਬੋਲਣਾ ਪੈਂਦਾ, ਉਹਦੇ ਨਾਲ ਠੱਗੀ, ਉਹਦੇ ਨਾਲ ਠੱਗੀ, ਝੂਠ, ਚੋਰੀਆਂ, ਡਾਕੇ, ਲੁੱਟਾਂ, ਇਹ ਸਾਰਾ ਕੁਛ ਨਹੀਂ ਹੋ ਜਾਂਦਾ। ਕੋਈ ਆਦਤ ਜਿਹੜੀ ਪੈ ਜਾਵੇ ਬੰਦੇ ਨੂੰ ਵੱਧਦੀ ਜਾਂਦੀ ਹੈ। ਸ਼ਰਾਬੀ ਆਦਮੀ ਕਿਉਂ ਨਹੀਂ ਸ਼ਰਾਬ ਛੱਡਦਾ? ਕਿਉਂਕਿ ਉਹਨੂੰ ਆਦਤ ਪੈ ਗਈ, ਸੁਭਾਅ ਬਣ ਗਿਆ, ਉਹ ਤੋਂ ਬਿਨਾਂ ਰਹਿ ਨਹੀਂ ਸਕਦਾ। ਨਸ਼ਈ ਲੋਕ ਇੱਦਾਂ ਹੀ ਨਸ਼ਈ ਬਣ ਜਾਂਦੇ ਹਨ। ਨਾਮ ਜਿਹੜਾ ਹੈ ਸਾਡੇ ਜੀਵਨ ਨੂੰ, ਸਾਡੇ ਮਨ ਨੂੰ ਬਦਲਦਾ ਹੈ, ਮੋੜ ਦਿੰਦਾ ਹੈ ਉਸ ਪਾਸੇ। ਇਸ ਕਰਕੇ ਮਹਾਰਾਜ ਕਹਿੰਦੇ ਕਿ ਜਿਹੜੇ ਸਾਖਤ ਹਨ, ਜਿਨ੍ਹਾਂ ਦਾ ਧਿਆਨ ਹਰ ਵੇਲੇ ਦੂਜੇ ਬੰਨੇ ਹੈ, ਦੁਨੀਆਂ ਦੀਆਂ ਖੁਸ਼ੀਆਂ, ਆਹ ਵੀ ਹੋਣਾ ਚਾਹੀਦਾ, ਆਹ ਵੀ ਹੋਣਾ ਚਾਹੀਦਾ, ਆਹ ਵੀ ਕਰ ਲਓ, ਆਹ ਵੀ ਕਰ ਲਓ, ਕਿਸੇ ਨੇ ਸ਼ਾਬਾਸ਼ ਤਾਂ ਨਹੀਂ ਦੇਣੀ ਹੈ। ਤੁਸੀਂ ਵਿਆਹ ਦੇ ਉੱਤੇ ਭਾਵੇਂ ਸਾਰੀ ਜੰਝ ਨੂੰ ਬਰਾਤ ਛਾਪਾਂ ਪਾ ਦਿਓ, ਤੁਸੀਂ ਸਾਰੀ ਜੰਝ ਨੂੰ ਮੀਟ ਸ਼ਰਾਬ ਜੋ ਕੁਛ ਚਾਹੁੰਦੇ ਹੋ ਦੇ ਦਿਓ, ਸਾਰੀ ਜੰਝ ਦੇ ਜਿੰਨੇ ਬੰਦੇ ਉਹਨਾਂ ਨੂੰ ਤੁਸੀਂ ਸੂਟ ਦੇ ਦਿਓ, ਉਹ ਤੁਹਾਨੂੰ ਸ਼ਾਬਾਸ਼ ਦੇਣਗੇ? ਨਾ। ਸਾਰੇ, ਬਹੁਤ ਸਾਰੇ ਇਹੋ ਜਿਹੇ ਹੋਣੇ ਜਿਹੜੇ ਕਹਿਣਗੇ ਆ ਕਿ ਵੇਖੋ ਮੈਨੂੰ ਕੀ ਦਿੱਤਾ ਹੈ, ਕੀ ਲੈਣਾ ਆਪਾਂ ਇਹਨਾਂ ਗੱਲਾਂ 'ਚ।
ਆ ਮਰਨਿਆਂ ਪਰਨਿਆਂ ਦੇ ਉੱਤੇ ਇੰਨਾ ਖਰਚ, ਇੰਨਾ ਖਰਚ, ਬੇਹਿਸਾਬਾ ਹੀ ਕੀ ਹੋ ਗਿਆ ਸਾਨੂੰ? ਫਿਰ ਝੂਰਦੇ ਤਾਂ ਨਾ ਅਸੀਂ, ਦੁਖੀ ਤਾਂ ਹਾਂ। 200 ਬੰਦੇ ਦਾ ਖਾਣਾ ਖਵਾਉਣਾ ਹੈ ਜੀ, ਅੰਤਿਮ ਅਰਦਾਸ ਕਰਨੀ ਹੈ ਜੀ, ਠੀਕ ਆ ਜੀ, ਆ ਜਾਂਦੇ ਸਾਡੇ ਕੋਲ ਇੱਥੇ। ਜਿਹੜੇ ਪਾਠੀ ਹਨ ਜਿਨ੍ਹਾਂ ਨੇ ਸੇਵਾ ਕਰਨੀ ਹੈ ਉਹਨਾਂ ਨੂੰ ਕੀ ਦਿਓਗੇ? ਕਹਿੰਦੇ ਜੀ ਅਸੀਂ ਤਾਂ ਗਰੀਬ ਹਾਂ, 200 ਬੰਦੇ ਦੇ ਖਾਣੇ ਦਾ ਪ੍ਰਬੰਧ ਤਾਂ ਵਧੀਆ ਕਰ ਦਿੱਤਾ, ਅਤੇ ਜਦੋਂ ਕਿਤੇ ਸੇਵਾਦਾਰ ਨੂੰ ਕੋਈ ਪੈਸੇ ਦੇਣ ਦੀ ਵਾਰੀ ਆਈ, ਕਹਿੰਦੇ ਅਸੀਂ ਤਾਂ ਗਰੀਬ ਹਾਂ, ਦੇਣੋਂ ਨਹੀਂ ਜੀ ਕਰਦਾ। ਸੋ ਹਾਲਤ ਸਾਡੀ ਇਹ ਹੋ ਗਈ ਹੈ। ਇਹਨੂੰ ਕਹਿੰਦੇ ਮਾਇਆ ਦੀ ਉਪਾਸ਼ਨਾ, ਸਾਖਤ ਇਨਸਾਨ ਉਹਨੂੰ ਕਹਿੰਦੇ ਜਿਹੜਾ ਮਾਇਆ ਦਾ ਉਪਾਸ਼ਕ। ਮਾਇਆ ਲਕਸ਼ਮੀ ਦੀਆਂ ਫੋਟੋਆਂ ਲਾਈਆਂ ਲੋਕਾਂ ਦੁਕਾਨਾਂ ਅਤੇ ਘਰਾਂ 'ਚ, ਜਿਹੜਾ ਜਿਹਦੀ ਲਕਸ਼ਮੀ ਦਾਸੀ ਹੈ। ਲਕਸ਼ਮੀ ਕਿਹਦੀ ਦਾਸੀ ਹੈ? ਵਾਹਿਗੁਰੂ ਦੀ। ਵਾਹਿਗੁਰੂ ਦਾ ਰੱਬ ਗੁਰੂ ਹੈ, ਤੁਸੀਂ ਗੁਰੂ ਦੀ ਕਿਉਂ ਨਹੀਂ ਪੂਜਾ ਕਰਦੇ? ਤੁਸੀਂ ਘਰ ਦੇ ਵਿੱਚ ਜੇ ਉੱਥੋਂ ਦੁਖਨਿਵਾਰਨ ਸਾਹਿਬ ਜਾਓ, ਛਪੇ ਛਪਾਏ ਸ਼ਬਦ ਮਿਲ ਜਾਂਦੇ ਹਨ, ਉਹ ਲਿਆ ਕੇ ਲਾ ਲਓ, ਉਹਨੂੰ ਰੋਜ਼ ਪੜ੍ਹੋ, ਜਦੋਂ ਸਾਹਮਣੇ ਜਾਓ ਉਦੋਂ ਪੜ੍ਹੋ ਉਹਨੂੰ। ਗੁਰੂ ਹਾਜ਼ਰ ਹੋ ਗਿਆ ਨਾ ਤੁਹਾਡੇ ਘਰ ਵਿੱਚ, ਜਿੱਥੇ ਗੁਰੂ ਆ ਗਿਆ ਉੱਥੇ ਲਕਸ਼ਮੀ ਵੀ ਆ ਜਾਏਗੀ, ਲਕਸ਼ਮੀ ਦਾਸੀ ਹੈ। ਅਤੇ ਜੇ ਗੁਰੂ ਨਾ ਆਇਆ, ਇਕੱਲੀ ਲਕਸ਼ਮੀ ਆ ਗਈ, ਤੁਹਾਨੂੰ ਬਹੁਤ ਤੰਗ ਕਰੇਗੀ, ਲੜਾਈਆਂ, ਝਗੜੇ, ਕਲੇਸ਼, ਬਿਮਾਰੀਆਂ, ਫਿਰ ਗਲਤ ਕੰਮਾਂ 'ਤੇ ਪੈਸੇ ਉੱਡਣਗੇ। ਜਾਂ ਕੇ ਰਹਿੰਦੇ ਹੋਤ ਭਾਵ ਵੀ ਆ, ਕਾਰਨ ਕੀ ਹੈ ਉਹਦੇ ਅੰਦਰ? ਧਿਆਨ, ਉਹਦਾ ਧਿਆਨ ਹੀ ਦੂਜੇ ਪਾਸੇ ਹੈ, ਦੂਜਾ ਭਾਵ ਉਸਦੇ ਅੰਦਰ। ਝਰੇ ਕਸੰਬਲ ਪਾਪ ਤੇਰੇ ਮਨੂਆਂ, ਅੰਮ੍ਰਿਤ ਕਥਾ ਸੰਤ ਸੰਗ ਸੁਣੂਆਂ। ਹੇ ਇਨਸਾਨ, ਪਾਪ ਇੱਦਾਂ ਨਹੀਂ ਕਰਕੇ ਜਾਣੇ ਕਿ ਜਾ ਚਲੋ ਜੀ ਉੱਥੇ ਪੂਰਨਮਾਸ਼ੀ 'ਤੇ ਨਹਾ ਆਈਏ, ਜਾ ਕੇ ਚਲੋ ਜੀ ਉੱਥੇ ਪੰਚਮੀ ਨਹਾ ਆਈਏ ਜੀ, ਇੱਦਾਂ ਨਹੀਂ ਪਾਪ ਕਰਕੇ ਜਾਣੇ। ਪਾਪ ਕਿਵੇਂ ਕਰਕੇ ਜਾਣਗੇ? ਮਹਾਰੇ ਕਹਿੰਦੇ ਕਿ ਅੰਮ੍ਰਿਤ ਕਥਾ ਸੰਤ ਸੰਗ ਸੁਣੋ, ਗੁਰੂ ਦੀ ਸੰਗਤ 'ਚ ਬੈਠਿਆ ਕਰ, ਅੰਮ੍ਰਿਤ ਕਥਾ ਸੁਣਿਆ ਕਰ, ਜਿਹੜੀ ਤੈਨੂੰ ਗੁਰੂ ਵਾਲੇ ਪਾਸੇ ਪ੍ਰੇਰਦੀ ਹੈ। ਦੁਨੀਆ ਕਥਾ ਦਾ ਮਤਲਬ ਇਹ ਹੈ ਕਿ ਰੱਬ ਵਾਲੇ ਪਾਸਿਓਂ ਮਨ ਨੂੰ ਮੋੜ ਕੇ ਗੁਰੂ ਵਾਲੇ ਪਾਸੇ ਲਾਉਣਾ। ਜਿਸ ਕਥਾ 'ਚ ਇਹ ਉਪਦੇਸ਼ ਹੈ ਕਿ ਭਾਈ ਨਾਮ ਜਪੋ, ਸੰਗਤ ਕਰਿਆ ਕਰੋ, ਚੰਗੇ ਗੁਣ ਧਾਰਨ ਕਰੋ, ਇਹਨੂੰ ਅੰਮ੍ਰਿਤ ਕਥਾ ਕਹਿੰਦੇ ਹਨ। ਕਥਾ ਦੇਵੀਆਂ ਦੇਵਤਿਆਂ ਦੀਆਂ ਵੀ ਹਨ, ਪਰੀਆਂ ਦੀ ਵੀ ਕਹਾਣੀਆਂ ਹਨ, ਕਥਾਵਾਂ ਹਨ, ਪਰ ਗੁਰੂ ਦੀ ਸੰਗਤ ਦੇ ਵਿੱਚ ਅੰਮ੍ਰਿਤ ਕਥਾ ਹੁੰਦੀ ਹੈ, ਵਾਹਿਗੁਰੂ ਦੀ ਕਥਾ ਹੁੰਦੀ ਹੈ, ਗੁਰੂ ਦੀ ਕਥਾ ਹੁੰਦੀ ਹੈ, ਗੁਰੂ ਦਾ ਉਪਦੇਸ਼ ਆਪਾਂ ਵੀ ਸੁਣਦੇ ਹਾਂ, ਪੜ੍ਹਦੇ ਹਾਂ। ਇਹ ਸੁਣਿਆ ਕਰ, ਰੁਟੀਨ ਬਣਾ ਲਾ। ਇਹ ਨਾ ਕਿਹਾ ਮੈਨੂੰ ਟਾਈਮ ਨਹੀਂ ਮਿਲਦਾ, ਟਾਈਮ ਹਰੇਕ ਕੋਲ ਹੈ, ਜੋ ਤੂੰ ਨੇਮ ਬਣਾ ਲਏਗਾ ਫਿਰ ਨਹੀਂ ਰਹਿ ਸਕੇਗਾ। ਔਰ ਇਹ ਜਿਹੜਾ ਗੁਰੂ ਦੀ ਗੋਦੀ 'ਚ ਬਹਿਣਾ ਜਿਹੜਾ ਹੈ, ਬਹੁਤ ਵੱਡੀ ਗੱਲ ਹੈ, ਇਹ ਪੱਕੀ ਗੱਲ। ਜੇ ਕਿ ਗੁਰੂ ਦੇ ਕੋਲ ਬੈਠ ਕੇ, ਸੰਗਤ 'ਚ ਬੈਠ ਕੇ ਸਾਡੇ ਅੰਦਰ ਕੋਈ ਚੰਗਾ ਫੁਰਨਾ ਆ ਜਾਏ ਨਾ, ਚੰਗਾ, ਮਾੜਾ ਨਾ, ਕਿਸੇ ਦਾ ਬੁਰੇ ਵਾਲਾ ਨਹੀਂ, ਸਾਡੇ ਮਨ ਚੰਗਾ ਫੁਰਨਾ ਆ ਜਾਏ, ਮਹਾਰਾਜ
ਮੇਰੇ 'ਤੇ ਕਿਰਪਾ ਕਰ ਦਿਓ, ਆਹ ਮੇਰਾ ਕਾਰਜ ਸਵਾਰ ਦਿਓ, ਮੈਨੂੰ ਆਹ ਦੇ ਦਿਓ, ਪੱਕੀ ਗੱਲ ਜੇ ਹੋ ਜਾਏਗਾ ਸੰਗਤ ਦੇ ਵਿੱਚ ਬੈਠ ਕੇ ਵਿਸ਼ਵਾਸ ਲਿਆ ਕੇ ਕਰਕੇ ਵੇਖ ਲਓ ਤੁਸੀਂ। ਕਥਾ ਦੀ ਸਮਝ ਲੱਗੇ ਚਾਹੇ ਨਾ ਲੱਗੇ, ਪਰ ਬੈਠੋ ਜ਼ਰੂਰ, ਫਿਰ ਘਰ ਵੱਲ ਧਿਆਨ ਨਾ ਰੱਖੋ, ਭੱਜਣ ਵੱਲ ਧਿਆਨ ਨਾ ਰੱਖੋ। ਵਾਹਿਗੁਰੂ ਵਾਹਿਗੁਰੂ। ਝਰੇ ਕਾਮ ਕ੍ਰੋਧ ਦ੍ਰਿਸ਼ਟਾਈ ਨਾਨਕ ਜਾਂਕੋ ਕਿਰਪਾ ਗੁਸਾਈ। ਜਿਨ੍ਹਾਂ 'ਤੇ ਕਿਰਪਾ ਹੋ ਜਾਂਦੀ ਹੈ ਮਾਲਕ ਵਾਹਿਗੁਰੂ ਦੀ, ਉਹ ਫਿਰ ਕਥਾ ਸੁਣਦੇ, ਹਰ ਇੱਕ ਨਹੀਂ ਸੁਣਦਾ ਹੈ। ਰਸ ਆਉਂਦਾ ਹੈ ਜਿਹਨੂੰ ਵੇਖਿਆ ਗੁਰੂ ਦੇ ਕੋਲ, ਰਸ ਆਵੇ, ਕਥਾ ਹੈ, ਕੀਰਤਨ ਹੈ, ਰਸ ਆਵੇ, ਫਿਰ ਉਹ ਸੁਣਨ ਲੱਗ ਪੈਂਦਾ ਹੈ। ਔਰ ਦੋ ਚਾਰ ਦਿਨ ਤੁਸੀਂ ਸੁਣ ਕੇ ਵੇਖੋ, ਫਿਰ ਵੇਖੋ ਤੁਹਾਡਾ ਹਟਣ ਨੂੰ ਜੀ ਨਹੀਂ ਕਰੇਗਾ, ਭੱਜੋਗੇ ਤੁਸੀਂ ਕਿ ਕਿਤੇ ਮੈਂ ਲੇਟ ਨਾ ਹੋ ਜਾਵਾਂ। ਮਾਰ ਕਹਿੰਦੇ ਜਿੱਤ ਕਿਰਪਾ ਹੁੰਦੀ ਹੈ ਨਾ, ਫਿਰ ਉਹਨੂੰ ਇਹ ਸਾਰੀਆਂ ਗੱਲਾਂ ਗੁਰੂ ਦੀਆਂ ਚੰਗੀਆਂ ਲੱਗਦੀਆਂ, ਗੁਰੂ ਕੋਲ ਬਹਿਣ ਨੂੰ ਜੀ ਕਰਦਾ ਹੈ। ਜਿਸ ਦਾ ਸਦਕਾ ਝਰ ਹੈ ਕਾਮ ਕ੍ਰੋਧ ਦੁਸ਼ਕਾਈ, ਜਿਹੜੇ ਸਾਡੇ ਅੰਦਰ ਔਗਣ ਹਨ, ਵਿਕਾਰ ਹਨ, ਕਾਮ ਕ੍ਰੋਧ ਆਦਿ, ਇਹ ਝੜਨੇ ਸ਼ੁਰੂ ਹੋ ਜਾਂਦੇ। ਸੰਗਤ 'ਚ ਬੈਠ ਕੇ ਚੰਗੇ ਗੁਣ ਸਾਡੇ ਅੰਦਰ ਆਈ ਜਾਂਦੇ। ਉੱਤਮ ਸੰਗਤ ਉੱਤਮ ਹੋਵੇ, ਗੁਰੂ ਦੀ ਸੰਗਤ ਕਰਾਂਗੇ ਅਸੀਂ ਵੀ ਚੰਗੇ ਗੁਣਾਂ ਵਾਲੇ ਬਣ ਜਾਣ, ਸਤਿਗੁਰੂ ਜੀ ਕਿਰਪਾ ਕਰਨ। ਜੇ ਨਹੀਂ ਸਵੇਰੇ ਉੱਠਦੇ ਤਾਂ ਸੰਭਾਲ ਲਓ ਸਵੇਰ ਦਾ ਵੇਲਾ। ਮਹਾਰਾਜ ਕਹਿੰਦੇ ਜੇ ਕਿ ਜੇ ਜੀਵਨ ਬਣਾਉਣਾ ਜੇ ਨਾ, ਆਪਣਾ ਘਰ ਵਸਾਉਣਾ ਜੇ, ਆ ਵੀ ਅਤੇ ਜਿਹੜਾ ਜਿੱਥੇ ਰਹਿੰਦੇ ਉੱਥੇ, ਉਹ ਵੀ ਚਾਹੁੰਦੇ ਅਸੀਂ ਵੀ ਸੁਖੀ ਰਹੀਏ, ਟੱਬਰ ਵੀ ਸਾਡਾ ਸੌਖਾ ਰਹੇ, ਤਾਂ ਫਿਰ ਆਹ ਤਰੀਕਾ ਜੇ ਸਵੇਰੇ ਦਿਨ ਚੜ੍ਹਨ ਤੋਂ ਪਹਿਲਾਂ ਪਹਿਲਾਂ ਉੱਠ ਕੇ ਵਾਹਿਗੁਰੂ ਵਾਹਿਗੁਰੂ ਕਰਨ ਲੱਗ ਪਿਆ ਕਰੋ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ, 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 ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।